ਇਹ ਅੰਜਲੀ ਵੱਲੋਂ ਲੰਗਰ ਲਗਾਏ ਗਏ। ਅੰਜਲੀ ਮੜਿਆ ਹੈਲੋ ਜੈ ਰਾਜ ਜੀ ਗਏ, ਇਹ ਸੇਵਾ ਅੰਜਲੀ ਨੇ ਕੀਤੀ ਹੋਆ। ਇਹ ਗੰਜਾ ਗੰਜਾ ਕੌਣ ਭਾਬੀ ਦੀ ਵੱਜਗਾ, ਇਹ ਮੇਰਾ ਭਰਾ ਹੀ ਆ ਹਿੱਲੂ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਉਮੀਦ ਕਰਦੇ ਹਾਂ ਠੀਕ ਠਾਕ ਆ। ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਆ, ਅਤੇ ਅੱਜ ਤੁਹਾਨੂੰ ਬੰਗਿਆਂ ਦੇ ਦਿਖਾਲਦੇ ਹਾਂ ਬਾਜ਼ਾਰ ਦੇ ਵਿੱਚ ਕਿੱਦਾਂ ਰਾਜਸਾ ਬਜ਼ਾਰੇ ਦੇ ਮੇਲੇ ਦੇ ਕਿੱਦਾਂ ਰੌਣਕਾਂ ਪੂਰੀਆਂ ਲੱਗੀਆਂ ਆ। ਇੱਥੇ ਲੰਗਰ ਲੁੰਗਰ ਐਨ ਪੂਰੇ ਸ਼ਰਧਾ ਨਾਲ ਲਾਇਓ ਆ, ਬਹੁਤ ਵਰਾਇਟੀਆਂ ਚੱਲੀਆਂ ਆ, ਅਤੇ ਬੱਸ ਅੱਡੇ ਦਾ ਹਾਲ ਵੀ ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ। ਅਤੇ ਫਿਲਹਾਲ ਅਸੀਂ ਅੱਜ ਦੁਕਾਨ 'ਤੇ ਵਲੌਗ ਸ਼ੁਰੂ ਕੀਤਾ ਆ, ਤੁਹਾਨੂੰ ਦੁਕਾਨ 'ਤੇ ਦੋ ਕੁ ਬੰਦਿਆਂ ਨਾਲ ਬੁਲਾਉਂਦੇ ਹਾਂ। ਅਤੇ ਇਹ ਸਾਡੇ ਸਾਰੇ ਵਰਕਰ ਆ, ਅਤੇ ਹਾਂਜੀ ਬਰੀ ਕਿੱਦਾਂ ਹਾਲ ਚਾਲ, ਲੱਗੇ ਹੋ ਕੰਮ 'ਤੇ? ਜੈ ਰਾਜੇ ਜੈ ਰਾਜੀ ਜੀ। ਇਹ 'ਚ ਲੰਗਰ ਪਾਣੀ ਖਾ ਲਿਆ ਤੁਸੀਂ, ਅਤੇ ਹੁਣ ਆ ਜਾਓ ਪਹੁੰਚਾਉਣ ਚੱਲੀਏ, ਮਾੜੇ ਜਿਹਾ ਰੋਡ ਦੇ ਦਰਸ਼ਨ ਕਰਕੇ ਆਉਂਦੇ ਹਾਂ ਕਿੱਦਾਂ। ਕਪੂਰਾ ਸਾਡਾ ਕਪੂਰਾ ਸੇਠ ਵੀ ਸੇਵਾ ਕਰਨ ਲੱਗਾ ਆ, ਕੱਪੜਾ ਮੰਗਦਾ, ਕੋਈ ਕੱਪੜਾ ਦੇ ਯਾਰ। ਸਾਨੂੰ ਇੰਜੀਨੀਅਰ ਸਾਹਿਬ ਉਹਨਾਂ ਨੂੰ ਮਿਲਾਉਂਦੇ। ਹਾਂਜੀ ਸਾਹਿਬ ਜੀ ਕਿੱਦਾਂ ਹਾਲ ਚਾਲ? ਕੰਮ ਕੁੰਮ ਤਾਂ ਠੀਕ ਹੈ ਯਾਰ, ਤੁਸੀਂ ਕਾਹਦੇ ਕੁੜਤੇ ਦੀ ਮਾਂ ਭੈਣ ਇੱਕ ਗੱਲ, ਇਹ ਹੌਲੀ ਹੌਲੀ ਬਣਾ ਲਓ ਮਹਾਰਾਜ, ਬਸ ਸੇਵਾ ਵੀ ਕਰ ਲਓ, ਕੋਈ ਨਹੀਂ ਹਲੇ ਕੰਮ ਥੋੜ੍ਹਾ ਘੱਟ ਆ ਯਾਰ, ਜ਼ਿੰਮੇਵਾਰੀ ਬਹੁਤ ਲੈ ਲੈਂਦਾ ਆ, ਕਹਿੰਦਾ ਗਾਹਕ ਨਹੀਂ ਆਉਣਾ, ਚਲੋ ਬਣਦੀ ਵੀ ਆ। ਅਤੇ ਆ ਜਾਓ ਤੁਹਾਨੂੰ ਦਿਖਾਲਦੇ ਹਾਂ ਹੁਣ ਫਿਰ ਪੰਦਪੁਰ ਰੋਡ 'ਤੇ ਕਿੱਦਾਂ ਰੌਣਕਾਂ ਪੂਰੀਆਂ ਲੱਗੀਆਂ ਆ। ਅਤੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਸੂਝਵਾਨ ਨੌਜਵਾਨ ਨੂੰ ਦਿਖਾਲਣਾ ਆ, ਅਤੇ ਆਹ ਦੇ ਆਹ ਮੇਰਾ ਬਹੁਤ ਕਲੋਜ਼ ਫਰੈਂਡ ਆ, ਇਹ ਮੈਨੂੰ ਕਹਿੰਦਾ ਸੀਗਾ, ਕਹਿੰਦਾ ਜਦੋਂ ਵੀ ਭਾਅ ਜੀ ਵਲੌਗ ਬਣਾਉਣੇ ਆ ਤਾਂ ਜ਼ਰੂਰ ਮੈਨੂੰ ਨਾਲ ਲੈ ਕੇ ਆਇਓ। ਅਤੇ ਹਾਂਜੀ ਹਾਂਜੀ ਹੈਲੋ, ਕਿੱਦਾਂ ਹਾਲ ਚਾਲ ਮਹਾਰਾਜ? ਆਪਣਾ ਪਹਿਲਾਂ ਨਾਂ ਤਾਂ ਦੱਸੋ। ਹਰਸ਼ ਆ ਇਹ ਸ਼ੇਗੂਪੁਰ ਪਿੰਡ ਤੋਂ, ਅਤੇ ਇਹਦਾ ਤੁਸੀਂ ਜਿੱਦਾਂ ਆਜ਼ਾਦ ਚੌਂਕ 'ਚ ਤਾਂ ਜ਼ਿਆਦਾਤਰ ਦੇਖਿਆ ਹੋਣਾ ਆ, ਅਤੇ ਚਲੋ ਮਿਹਨਤ ਕਰਦਾ ਮੁੰਡਾ, ਪਰ ਉੱਦਾਂ ਵੈਸੇ ਜਿੱਦਾਂ ਮਰਜ਼ੀ ਹੈ, ਕਹਿੰਦਾ ਵਲੌਗ ਮਨਾਲੀਆਂ ਨੂੰ ਜਾ ਕੇ ਬਣਾਉਣ ਦਾ ਪਸੰਦ ਕਰਦਾ, ਇਹ ਬਹੁਤ ਲਾਈਕ ਹੈ ਇਸ ਚੀਜ਼ ਕਰਦਾ, ਹੈ ਨਾ ਮਨਾਲੀ ਕਿੱਦਾਂ? ਮੇਰੀ ਗੱਲ ਤਾਂ ਸੁਣ, ਜਿਹੜਾ ਬੱਸੇ ਉਹਨਾਂ ਨਾਲ ਕਾਰਨਾਮੇ ਕਰਦਾ ਉਹ ਤਾਂ ਦੱਸ ਕੀ ਕਰਦਾ ਨਾ,
ਕਿੰਨਾ ਬੈਠਾ ਹੁੰਦਾ ਤੂੰ? ਇਤਨੀ ਖੁਸ਼ੀ, ਇਤਨੀ ਖੁਸ਼ੀ ਦੱਸ ਸੰਗਦਾ ਯਾਰ। ਇਹ ਪਤਾ ਨੀ ਕੋਈ, ਪਤਾ ਇਹਦੇ ਨਾਲ ਕੋਈ ਬੰਦਾ ਆਉਂਦਾ ਆ, ਇਹ ਬਹੁਤ ਫੇਮਸ ਹੋਇਆ ਬੱਸ ਦੇ ਵਿੱਚ, ਪਤਾ ਨੀ ਕਹਿੰਦੇ ਟਿਕਟ ਵੀ ਇਹੀ ਲੈਂਦਾ ਉਹਦੀ ਕੌਣ। ਲਓ ਜੀ ਮੁਕੰਦਪੁਰ ਰੋਡ 'ਤੇ ਪਹੁੰਚ ਗਏ ਹਾਂ, ਦੇਖੋ ਤੁਸੀਂ ਲੰਗਰਾਂ ਦੇ ਰਸ਼, ਅਤੇ ਦੇਖੋ ਪੂਨੀਆ ਰੋਡ ਆ ਇਹ, ਅਤੇ ਬੰਗਿਆਂ ਤੋਂ ਮੁਕੰਦਪੁਰ ਰੋਡ ਦੀ ਆ ਇਹ, ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਇੱਥੇ ਲੰਗਰ ਲਾਇਓ ਆ ਬੱਸ ਅੱਡੇ ਦੇ ਵਿੱਚ ਆ ਇਹ, ਅਤੇ ਗੱਡੀਆਂ ਦੇਖੋ ਸੰਗਤ ਜੀ, ਇੱਥੇ ਗੱਡੀਆਂ ਸਾਰੀਆਂ ਲੱਗੀਆਂ ਆ, ਸੇਵਾਦਾਰ ਭਾਈ ਲੈਣ ਸਿਰ ਆਉਂਦੇ ਆ, ਅਤੇ ਸੇਵਾ ਦਾ ਬੂੜਾ ਪ੍ਰਬੰਧ ਆ, ਸਾਰੇ ਸੇਵਾਦਾਰ ਵੀ ਲੱਗੇ ਹੋ ਆ, ਅਤੇ ਲਾਈਨਾਂ 'ਚ ਸਾਰਿਆਂ ਨੂੰ ਵਾਰੀ ਵਾਰੀ ਕੱਢਦੇ ਆ, ਅਤੇ ਸੰਗਤ ਬਹੁਤ ਆਉਂਦੀ ਆ ਦੇਖੋ ਗੱਡੀਆਂ ਦੇ ਵਿੱਚ ਜਾਣ ਨੂੰ, ਬੱਸਾਂ ਵੀ ਲਾਈਆਂ ਆ ਫ੍ਰੀ, ਅਤੇ ਇਹ ਬੰਗਿਆ ਬੱਸ ਅੱਡੇ 'ਤੇ ਆ, ਅਤੇ ਇੱਥੇ ਦਾਦਾ ਸੁਵੀਲ ਦਾ ਲੰਗ ਦੇਖੋ ਲੱਗਾ ਪ੍ਰੋਗਰਾਮ, ਖਾਸ ਡਰਾਈਵਰਾਂ ਨੇ ਲਾਇਆ ਆ ਇਹ, ਦੇਖੋ ਸੁਵੀਲ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸਾਰਾ, ਅਤੇ ਮੇਨ ਬੱਸ ਅੱਡਾ ਆ, ਰਸ਼ ਇੰਨਾ ਆ, ਅਤੇ ਰਸ਼ ਤਾਂ ਚਲੋ ਹੈਗਾ ਸੰਗ ਜੀ, ਗਰਮੀ ਬਹੁਤ ਆ, ਪਰ ਗਰਮੀ ਕਰਕੇ ਥੋੜ੍ਹਾ ਜਿਹਾ ਸਿਆਣੇ ਅਤੇ ਬੱਚਿਆਂ ਲਈ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਦੇਖੋ ਲਾਈਨਾਂ ਦੇਖੋ ਤੁਸੀਂ, ਇਹ ਸਾਰਾ ਬੱਸ ਅੱਡੇ ਦਾ ਸੀਨ ਆ, ਬੱਸ ਅੱਡੇ ਦੇ ਹੀ, ਅਤੇ ਪੂਰਾ ਰਾਜਾ ਸਾਹਿਬ ਤੱਕ ਬੰਗਿਆਂ ਤੋਂ ਲੱਗ ਕੇ ਐਡੇ ਥਾਂ ਥਾਂ ਲੰਗਰ ਲੱਗੇ ਹੋ, ਅੱਜ ਪਹਿਲਾ ਦਿਨ ਆ ਨਗਰ ਕੀਰਤਨ ਆ ਇਹ, ਅਤੇ ਸ਼ਰਧਾਲੂ ਦੇਖੋ ਤੁਸੀਂ ਕਿੱਦਾਂ ਆਏ ਹੋ। ਦੇਖੋ ਗੱਡੀਆਂ ਸੇਵਾਦਾਰਾਂ ਦੀਆਂ ਤਾਂ ਪਤਾ ਨਹੀਂ, ਯਾਨੀ ਕਿ ਦੇਖ ਲਓ 2835 ਨੰਬਰ ਤਾਂ ਇੱਥੇ ਇੱਕ ਗੱਡੀ ਦਾ ਅਸੀਂ ਦੇਖਿਆ, ਉਹ ਤੋਂ ਇਲਾਵਾ ਯਾਨੀ ਕਿ ਮੈਨੂੰ ਜੇ ਹਿਸਾਬ ਨਾਲ ਲੱਗਦਾ ਅੰਦਾਜ਼ਾ ਜਿਹਾ ਘੱਟੋ ਘੱਟ ਤਿੰਨ ਚਾਰ ਹਜ਼ਾਰ ਤੋਂ ਉੱਪਰ ਗੱਡੀ ਹੋਣੀ ਆ, ਜਿਹੜੀ ਇਕੱਲੀ ਸੇਵਾਦਾਰ ਸੰਗਤਾਂ ਨੂੰ ਲੈ ਕੇ ਆਉਂਦੇ ਆ, ਛੱਡ ਕੇ ਜਾਂਦੇ ਆ। ਅਤੇ ਦੇਖੋ ਲਾਈਨਾਂ ਦੇਖੋ ਤੁਸੀਂ ਰਸ਼, ਅਤੇ ਵੈਸੇ ਤਾਂ ਸੇਵਾਦਾਰਾਂ ਨੇ ਵਧੀਆ ਪ੍ਰਬੰਧ ਕੀਤਾ ਹੈ, ਵਾਰੀ ਵਾਰੀ ਨੰਘਾਈ ਜਾਂਦੇ ਆ ਰਸ਼ ਦੇਖਣ ਨੂੰ ਲੱਗਦਾ ਆ, ਪਰ ਜਾਮ ਕੋਈ ਐਡਾ ਤਕੜਾ ਨਹੀਂ, ਬਾਅਦ 'ਚੋਂ ਲੱਗਦਾ ਯਾਨੀ ਕਿ ਤੁਰੀ ਜਾਂਦੀਆਂ ਗੱਡੀਆਂ, ਮੁੰਡੇ ਲੱਗੇ ਹੋ ਆ ਸੇਵਾ ਕਰਨ, ਅਤੇ ਉਹ ਪਿੱਛੇ ਤੱਕ ਦੇ ਸੰਗਤਾਂ ਇੱਥੇ ਜਿੱਦਾਂ ਲਾ ਕੇ ਜਾਂ ਗੱਡੀਆਂ ਵਾਪਸ ਮੁੜੀ ਜਾਂਦੀਆਂ ਬੱਸ ਅੱਡੇ ਦੇ ਉੱਪਰ ਦੀ ਘੁੰਮ ਕੇ, ਅਤੇ ਸੰਗਤ ਦੇ ਜਾਈ ਜਾਂਦੀ ਆ। ਦੇਖੋ ਗੱਡੀਆਂ ਸਾਰੀਆਂ ਹੀ ਕੋਈ ਹੋਣਾ ਜਿੱਦਾਂ ਵੱਖਰੀ ਆ, ਲੇਕਿਨ ਜਿੰਨਿਆਂ ਦੇ ਬੈਨਰ ਲੱਗੇ ਹੋ ਆ ਇਹ ਸਾਰੇ ਗੱਡੀਆਂ ਸੇਵਾਦਾਰਾਂ ਦੀਆਂ ਹੀ ਆ। ਆਹ ਦੇਖੋ ਗੱਡੀ ਗੱਭੇ ਉਸ ਅੱਗੇ ਬੈਠਾ, ਇਹਨੂੰ ਜ਼ਿਆਦਾ ਗਾਲੀ ਲੱਗ ਰਹੀ ਹੈ, ਅਤੇ ਇਹ ਰੰਗ ਦੇਖੋ ਫੋਰ ਵੀਲਰ ਵੀ ਕਿਸੇ ਨੇ ਲਾਇਆ ਵਿੱਚ, ਉਸ 'ਤੇ ਵੀ ਪੈਨਰ ਲੱਗਾ ਹੈ। ਚਲੋ ਡੀਜੇ ਡੂਜੇ ਦਾ ਸਮਾਨ ਕਈ ਤਾਂ ਸਬਜ਼ੀਆਂ ਸੁਬਜ਼ੀਆਂ ਕੋਈ ਢੋਂਦੇ ਆ, ਵੀ ਸੇਵਾਦਾਰ ਹੀ ਆ। ਅਤੇ ਦੇਖੋ ਉੱਧਰ ਇਹ ਮੁਕੰਦਪੁਰ ਰੋਡ ਥਾਣੇ ਤੋਂ ਲੱਗ ਕੇ ਆਹ ਦੇਖ ਲਓ ਤੁਸੀਂ, ਇਹ ਹੈਗਾ ਆ ਗਿਆ ਆ, ਆਹ ਦੇਖ ਸਾਰਾ ਮੁਕੰਦਪੁਰ ਰੋਡ ਰਸ਼ ਜਾਮ ਦੇਖੋ ਇੰਨਾ ਲੱਗਾ ਆ, ਇੱਥੇ ਸ਼ਿਕੰਜਵੀ ਵੀ ਲਾਈਓ ਆ, ਅਤੇ ਇੱਧਰ ਲੰਗਰ ਚੱਲਦਾ ਆ, ਇੱਧਰ ਫੋਕਾ ਪਾਣੀ ਆ,
ਤੇ ਆਹ ਦੇਖੋ ਸੰਗਤ ਜੀ ਲੰਗਰ ਅਤੇ ਲੈਣ ਨਾਲ ਦੇਖੋ ਲੱਗਿਆ ਅਤੇ ਬੀਬੀਆਂ ਭੈਣਾਂ ਵਿੱਚ ਸੇਵਾ ਕਰਨ ਲੱਗੀਆਂ ਅਤੇ ਲਓ ਵੀ ਸੰਗਤ ਜੀ ਰੱਛ ਤਾਂ ਬਹੁਤ ਆ ਮੁਕੰਦਪੁਰ ਰੋਡ 'ਤੇ ਸਾਹ ਨਹੀਂ ਆਉਂਦਾ ਪਰ ਖਾਣੇ ਨਹੀਂ ਦਿੰਦੇ ਹੈਗੇ ਇੰਨਾ ਰੱਛ ਆ ਅਤੇ ਫਿਰ ਅਸੀਂ ਘੁੰਮ ਫਿਰ ਕੇ ਆ ਗਏ ਦੁਕਾਨ 'ਤੇ ਅਤੇ ਰੱਛ ਗਰਮੀ ਬਹੁਤ ਆ ਅਤੇ ਕੁਛ ਕੁ ਗੱਡੀਆਂ ਸੇਵਾਦਾਰ ਬਹੁਤ ਲੱਗੇ ਉਹ ਗੱਡੀਆਂ ਵਾਲੇ ਅਤੇ ਜ਼ਿਆਦਾਤਰ ਤਾਂ ਰੱਛ ਸੇਵਾਦਾਰਾਂ ਦਾ ਹੀ ਉਹਨਾਂ ਦਾ ਹੀ ਆ ਅਤੇ ਦੁਬਾਰੀਆਂ ਚਲੋ ਜਿਹੜਾ ਉਹ ਵੀ ਆਪਾਂ ਆਪਣੀ ਖਵਾਇਸ਼ ਆ ਜਿਹਨਾਂ ਦੀ ਸੇਵਾ ਕਰਨੀ ਆ ਅਤੇ ਰੱਛ ਤਾਂ ਚਲੋ ਹੁੰਦਾ ਹੀ ਆ ਮੇਲਿਆਂ 'ਤੇ ਅਤੇ ਹਾਂਜੀ ਅੱਜ ਅਸੀਂ ਪਹੁੰਚ ਗਏ ਆਸ਼ੂ ਦੀ ਹੱਟੀ 'ਤੇ ਅਤੇ ਆਹ ਦੇਖੋ ਗੰਜਾ ਕੌਣ ਭਾਬੀ ਦੀ ਵੱਜਗਾ ਇਹ ਮੇਰਾ ਭਰਾ ਹੀ ਆ ਹਿਲੂ ਤੇਰਾ ਕਿਆ ਹੋਊਗਾ ਕਾਲਿਆ ਆਹ ਦੱਸ ਕਾ ਮਾਲ ਕਿਤਨੇ ਕਾ ਦਿੱਤਾ ਹੈ ਤੈਨੂੰ ਬੋਲ ਇਹ ਯਾਰ ਪਤਾ ਨੀ ਕਹਿੰਦੇ ਬਲੌਗ ਜੋ ਸੰਗਦਾ ਆ ਤੇ ਫਿਲਹਾਲ ਤੁਹਾਨੂੰ ਆ ਲਓ ਆਹ ਪਛਾਣੋ ਕੌਣ ਹੈ ਭਾਬੀ ਨਰਵਸ ਕਾਹਦੇ ਹੁੰਦੇ ਆ ਹੈ ਭਾਬੀ ਅਸੀਂ ਭਈਏ ਤੋੜਵਾ ਜਾਣਾ ਇਹਦੀ ਹਿੰਦੀ 'ਚ ਗੱਲ ਕਰੀ ਭਾਬੀ ਸ਼ਕਲ ਤੋਂ ਜਿੱਦਾਂ ਮਰਜ਼ੀ ਆ ਅਸੀਂ ਪੰਜਾਬੀ ਅਤੇ ਮੈਨੂੰ ਮਾੜਾ ਕਮੈਂਟ ਕਰਕੇ ਦੱਸਿਓ ਇਹ ਭਾਬੀ ਜੀ ਉਹਨਾਂ ਨੂੰ ਕੌਣ ਕੌਣ ਜਾਣਦੇ ਆ ਜਿੰਨੇ ਕੁ ਵੀ ਲੇਡੀਜ਼ ਸੂਟਾਂ ਦਾ ਕੰਮ ਕਰਦੇ ਆ ਜਾਂ ਲੇਡੀਜ਼ ਬਣਾਉਂਦੇ ਆ ਸੂਟਾਂ ਸਾਡੇ ਘਰਾਂ 'ਚ ਵੀ ਉਹ ਸਾਰੀਆਂ ਹੀ ਇਹਨਾਂ ਨੂੰ ਜ਼ਰੂਰ ਜਾਣਦੇ ਕਿਉਂਕਿ ਅਤੇ ਆ ਇਹਨਾਂ ਦੇ ਇਹ ਕੁੜੀਏ ਹੋ ਰਹਿੰਦਾ ਮੈਂ ਨਾ ਭੁੱਲ ਕੇ ਕੀ ਨਾ ਹਰਮਨ ਉਰਿਆ ਪੁੱਤ ਉਰਿਆ ਹੋ ਰਿਹਾ ਮੈਨੂੰ ਤੂੰ ਦਸਾਂ ਦੀ ਲੈਸ ਵੀਹਾਂ ਵਾਲੀ ਲਾਈ ਆ ਜਾ ਤੈਨੂੰ ਤੇ ਹਲੇ ਸਾਡੀ ਇੱਕ ਭਾਬੀ ਆਈ ਨੀ ਹੈਗੀ ਉਹ ਘਰ ਨੂੰ ਗਈ ਹੈ ਰੋਟੀ ਰੁਟੀ ਬਣਾਉਣ ਤੇ ਆਹ ਸਾਡਾ ਮੇਨ ਉਸਤਾਦ ਹਾਂਜੀ ਆਜੂ ਭਾਜੀ ਕਿੱਦਾਂ ਹਾਲ ਚਾਲ ਕੋਈ ਤੁਸੀਂ ਰੱਖੜੀਆਂ ਤਾਂ ਲੰਘ ਗਈਆਂ ਹੁਣ ਕੀ ਆਉਣਾ ਮੂਹਰੇ ਫੈਸਟੀਵਲ ਕਿਹੜਾ ਆਉਣਾ ਜ਼ਿਆਦਾ ਦਿਵਾਲੀ ਕਰਵਾ ਚੌਥ ਸਪੈਸ਼ਲ ਤੇ ਤੁਸੀਂ ਕਿਹੜਾ ਮਾਲ ਯਾਨੀ ਕਿ ਮਤਲਬ ਲੈਸਾਂ ਵਗੈਰਾ ਜੋ ਵੀ ਤੁਹਾਡੇ ਕੋਲ ਹੈਗਾ ਆ ਕੋਈ ਡਿਸਕਾਊਂਟ ਦੇਣਾ ਜੀ ਤੁਹਾਨੂੰ 10 ਵਾਲੀ 20 ਚ ਲੱਗੇਗੀ ਇਹ ਡਿਸਕਾਊਂਟ ਆ ਤੇ ਬਾਕੀ ਛੱਡੋ ਡਿਸਕਾਊਂਟ ਇਹ ਤਾਂ ਨਾਮ ਦੇ ਆ ਮੇਨ ਓਨਰ ਰੁਕੋ ਜਰਾ